ਜੇਸੀਬੀ ਲੈ ਕੇ ਆ ਗਏ ਨੇ ਕਿਸਾਨ ਸ਼ੰਭੂ ਬਾਰਡਰ ਦੇ ਉੱਤੇ। ਕਿਸਾਨ ਉੱਚੀ ਉੱਚੀ ਰੌਲਾ ਪਾਉਂਦੇ ਹੋਏ ਕਹਿ ਰਹੇ ਨੇ ਕਿ ਰਾਤ ਦੇ ਰਾਤ ਵਿੱਚ ਅਸੀਂ ਦਿੱਲੀ ਕੂਚ ਕਰ ਜਾਵਾਂਗੇ, ਹੁਣ ਜੇਸੀਬੀ ਆ ਗਈ ਹੈ, ਹਰੇਕ ਬੈਰੀਅਰ ਪੱਟ ਸਿੱਟਣਾ। ਇਹ ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਸ਼ੰਭੂ ਬਾਰਡਰ ਦੀਆਂ, ਜਿੱਥੇ ਸਵੇਰ ਤੋਂ ਲੈ ਕੇ ਹੁਣ ਤੱਕ ਲਗਾਤਾਰ ਪੁਲਿਸ ਅਤੇ ਕਿਸਾਨਾਂ ਦੇ ਵਿਚਾਲੇ ਤਕਰਾਰ ਚੱਲ ਰਿਹਾ ਹੈ। ਕਿਸਾਨਾਂ ਦੇ ਵੱਲੋਂ ਬੈਰੀਗੇਡ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਈ ਬੈਰੀਗੇਡ ਤੋੜ ਵੀ ਦਿੱਤੇ ਗਏ ਨੇ, ਕਈ ਸਰੀਏ ਪੜ ਦਿੱਤੇ ਗਏ ਨੇ, ਅਤੇ ਪੁਲਿਸ ਜਿਹੜੀ ਆ, ਪ੍ਰਸ਼ਾਸਨ ਜਿਹੜਾ ਹੈ ਹਰਿਆਣਾ ਪੁਲਿਸ ਦੇ ਵੱਲੋਂ ਲਗਾਤਾਰ ਕਿਸਾਨਾਂ ਨੂੰ ਰੋਕਣ ਦੇ ਲਈ ਅਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਨੇ, ਹੋਰ ਕਈ ਹੱਥਕੰਡੇ ਅਪਣਾਏ ਜਾ ਰਹੇ ਨੇ, ਪਰ ਕਿਸਾਨ ਜਿਹੜੇ ਨੇ ਉਹ ਪਿੱਛੇ ਹਟਣ ਦਾ ਨਾਂ ਨਹੀਂ ਲੈ ਰਹੇ। ਅਤੇ ਹੁਣੇ ਕਿਸਾਨ ਜੇਸੀਬੀ ਮਸ਼ੀਨ ਲਿਆਏ ਨੇ। ਜੀ ਹਾਂ, ਇਹਨਾਂ ਦਾ ਕਹਿਣਾ ਹੈ ਕਿ ਇਸੇ ਜੇਸੀਬੀ ਦੀ ਮਦਦ ਦੇ ਨਾਲ ਪੂਰਾ ਜਿਹੜਾ ਬੈਰੀਗੇਟ ਹੈ, ਜਿਹੜਾ ਕਿ ਬਾਰਡਰ ਸੀਲ ਕੀਤਾ ਗਿਆ ਹੈ, ਛਾਉਣੀ ਬਣਾਈ ਗਈ ਹੈ, ਉਸ ਨੂੰ ਪੱਟਦੇ ਹੋਏ ਦਿੱਲੀ ਕੂਚ ਕਰਨਗੇ ਕਿਸਾਨ। ਤਾਂ ਦੇਖੋ ਇਹ ਤਸਵੀਰਾਂ ਜੋ ਸ਼ੰਭੂ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਪੁਲਿਸ ਅਤੇ ਕਿਸਾਨਾਂ ਦੇ ਵਿਚਾਲੇ ਲਗਾਤਾਰ ਟਕਰਾਅ ਚੱਲ ਰਿਹਾ ਹੈ। ਇਸੇ ਵਿਚਾਲੇ ਪੁਲਿਸ ਦੇ ਬੈਰੀਗੇਡ ਨੂੰ ਪੱਟਣ ਦੇ ਲਈ, ਇਹਨਾਂ ਕੰਧਾਂ ਨੂੰ ਹਟਾਉਣ ਦੇ ਲਈ ਕਿਸਾਨ ਜੇਸੀਬੀ ਮਸ਼ੀਨ ਲਿਆਏ ਨੇ।